ਤਾਂ ਹੁਣ ਤੱਕ ਕਰੀਬ 32 ਲੋਕਾਂ ਦੀ ਮੌਤ ਇਨ੍ਹਾਂ ਹੜ੍ਹਾਂ ਦੇ ਕਾਰਨ ਹੋ ਚੁੱਕੀ ਹੈ ਇਸ ਤੋਂ ਇਲਾਵਾ 1411 ਪਿੰਡ ਇਸ ਦੀ ਲਪੇਟ ਦੇ ਵਿੱਚ ਆ ਚੁੱਕੇ ਨੇ ਤਾਂ 15 ਜ਼ਿਲ੍ਹੇ ਨੇ ਜਿਹੜੇ ਉਹ ਦੱਸੇ ਜਾ ਰਹੇ ਨੇ ਕਿ ਸਭ ਤੋਂ ਵੱਧ ਪ੍ਰਭਾਵਿਤ ਹੋਏ ਨੇ ਤੇ ਜੇਕਰ ਮੌਤਾਂ ਦੇ ਅੰਕੜੇ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਵੱਧ ਮੌਤਾਂ ਪਟਿਆਲਾ ਦੇ ਵਿੱਚ ਦਰਜ ਕੀਤੀਆਂ ਗਈਆਂ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇੱਕ ਪਾਸੇ ਹੜ੍ਹ ਦੀਆਂ ਤਸਵੀਰਾਂ ਨੇ ਤੇ ਨਾਲ-ਨਾਲ ਤੁਹਾਨੂੰ ਅੰਕੜੇ ਵੀ ਦੱਸਦੇ ਚੱਲਦੇ ਆ ਕਿ ਹੁਣ ਤੱਕ ਜਿਵੇਂ ਜਾਣਕਾਰੀ ਦਿੱਤੀ ਆ ਕਿ 32 ਮੌਤਾਂ ਹੋ ਚੁੱਕੀਆਂ ਨੇ ਸਭ ਤੋਂ ਜ਼ਿਆਦਾ ਮੌਤਾਂ ਪਟਿਆਲਾ ਦੇ ਵਿੱਚ ਦਰਜ ਕੀਤੀਆਂ ਗੀਆਂ ਨੇ ਜਿੱਥੇ 10 ਮੌਤਾਂ ਹੋਈਆਂ ਨੇ ਮੋਹਾਲੀ ਦੇ ਵਿੱਚ 5 ਜਲੰਧਰ ਦੇ ਵਿੱਚ 3 ਮੌਤਾਂ ਹੋਈਆਂ ਨੇ ਇਸ ਤੋਂ ਇਲਾਵਾ ਰੂਪਨਗਰ ਦੇ ਵਿੱਚ 3 ਫਰੀਦਕੋਟ ਦੇ ਵਿੱਚ ਵੀ 3 ਮੌਤਾਂ ਹੁਣ ਤੱਕ ਹੋਈਆਂ ਨੇ ਨਵਾਂ ਸ਼ਹਿਰ ਫਤਿਹਗੜ੍ਹ ਸਾਹਿਬ ਦੇ ਵਿੱਚ 2-2 ਮੌਤਾਂ ਜਿਹੜੀਆਂ ਹੁਣ ਤੱਕ ਦਰਜ ਕੀਤੀਆਂ ਗੀਆਂ ਨੇ ਇਸ ਤੋਂ ਇਲਾਵਾ ਹੁਸ਼ਿਆਰਪੁਰ ਦੇ ਵਿੱਚ ਫਿਰੋਜ਼ਪੁਰ ਸੰਗਰੂਰ ਮੋਗਾ ਤਾਂ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਇੱਕ-ਇੱਕ ਮੌਤ ਜਿਹੜੀ ਹੁਣ ਤੱਕ ਦਰਜ ਕੀਤੀ ਗਈ ਆ ਤਾਂ ਤਿੰਨ ਤੋਂ ਚਾਰ ਲੋਕ ਹਜੇ ਤੱਕ ਲਾਪਤਾ ਦੱਸੇ ਜਾ ਰਹੇ ਨੇ ਤਾਂ ਵੱਡੀ ਗਿਣਤੀ ਆ ਜਿਹੜੀ ਉਹ ਮੌਤਾਂ ਦੀ ਉਸ ਦਾ ਅੰਕੜਾ ਉਹ ਸਾਹਮਣੇ ਆਇਆ ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਹੜ੍ਹ ਆਏ ਹੋਏ ਨੇ ਲੋਕਾਂ ਦਾ ਕਾਫੀ ਨੁਕਸਾਨ ਹੋਇਆ ਤਾਂ ਉੱਥੇ ਹੀ 1414 ਪਿੰਡ ਜਿਹੜੇ ਇਸ ਦੀ ਚਪੇੜ ਦੇ ਵਿੱਚ ਆਏ ਨੇ ਕਿਉਂਕਿ ਖੱਗਰ ਦਾ ਬੰਨ ਉਹ ਟੁੱਟਿਆ ਹੋਇਆ ਜਿਸ ਨੇ ਸੰਗਰੂਰ ਦੇ ਪਿੰਡਾਂ ਦਾ ਨੁਕਸਾਨ ਕੀਤਾ ਮਾਨਸਾ ਦੇ ਪਿੰਡਾਂ ਦਾ ਨੁਕਸਾਨ ਕੀਤਾ ਖਾਸ ਕਰਕੇ ਜੇਕਰ ਕੁਝ ਦਿਨ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਮਾਨਸਾ ਦੇ ਪਿੰਡ ਚਾਂਦਪੂਰਾ ਦੇ ਵਿੱਚ ਬੰਨ ਟੁੱਟ ਬੰਨ ਟੁੱਟ ਜਾਂਦਾ ਤੇ ਉਸ ਦੇ ਨਾਲ ਜਿਹੜੇ ਨਾਲ ਲੱਗਦੇ ਪਿੰਡ ਨੇ ਕੁਲਰੀਆਂ ਪਿੰਡ ਹੈ ਗਿਆ ਇਸ ਤੋਂ ਇਲਾਵਾ ਬੱਬਨਪੂਰਾ ਪਿੰਡ ਹੈ ਗਿਆ ਗੋਰਖਨਾਥ ਪਿੰਡ ਹੈ ਗਿਆ ਇਸ ਤਰ੍ਹਾਂ ਦੇ ਜਿਹੜੇ ਨਾਲ ਲੱਗਦੇ ਪਿੰਡ ਨੇ ਉਹ ਕਾਫੀ ਪ੍ਰਭਾਵਿਤ ਹੋਏ ਨੇ ਤਾਂ ਹੁਣ ਇਹ ਤਸਵੀਰਾਂ ਦਿਖਾ ਰਿਹਾ ਕਿ ਕਿਸ ਤਰ੍ਹਾਂ ਲੋਕ ਉੱਥੇ ਪ੍ਰਭਾਵਿਤ ਹੋ ਰਹੇ ਨੇ ਤੇ ਨਾਲ ਨਾਲ ਅੰਕੜੇ ਵੀ ਤੁਹਾਨੂੰ ਦਿਖਾ ਰਹੇ ਆ ਅੰਕੜਿਆਂ ਦੇ ਵਿੱਚ ਜਿਹੜੇ ਹੁਣ ਤੱਕ ਮੌਤਾਂ ਦਾ ਅੰਕੜਾ ਡਰਾ ਕੇ ਰੱਖ ਦੇਣ ਵਾਲਾ 32 ਮੌਤਾਂ ਜਿਹੜੀਆਂ ਹੁਣ ਤੱਕ ਦਰਜ ਕੀਤੀਆਂ ਗਈਆਂ ਨੇ ਸਭ ਤੋਂ ਜ਼ਿਆਦਾ ਪ੍ਰਭਾਵਿਤ 15 ਜ਼ਿਲ੍ਹੇ ਦੱਸੇ ਜਾ ਰਹੇ ਨੇ ਤਾਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਮੌਤਾਂ ਦਾ ਅੰਕੜਾ ਵੀ ਤੁਹਾਨੂੰ ਦੱਸ ਰਹੇ ਆ ਤਾਂ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਉਸ ਨੂੰ ਲੈ ਕੇ ਹਰ ਕੋਈ ਚਿੰਤਿਤਾ ਕਿਉਂਕਿ ਪਾਣੀ ਰੁਕਣ ਦਾ ਨਾਮ ਨਹੀਂ ਲੈ ਰਿਹਾ ਇੱਕ ਪਾਸੇ ਪੰਜਾਬ ਦੇ ਵਿੱਚ بارش ਹੋ ਰਹੀ ਆ ਪਹਾੜੀ ਇਲਾਕਿਆਂ ਦੇ ਵਿੱਚ ਵੀ ਲਗਾਤਾਰ بارش ਹੋ ਰਹੀ ਹੈ ਤੇ ਉਸ ਦੇ ਕਾਰਨ ਪਾਣੀ ਜਿਹੜਾ ਮਦਾਨੀ ਇਲਾਕਿਆਂ ਦੇ ਵਿਚਾਰਿਆ ਯਾਨਕਿ ਪੰਜਾਬ ਦੇ ਵਿੱਚ ਆ ਰਿਹਾ ਤਾਂ ਉਸ ਦੇ ਕਾਰਨ ਸਤਲੁਜ ਦਰਿਆ ਹੋਵੇ ਚਾਹੇ ਕਗਰ ਦੇਰਾ ਹੋਵੇ ਤਾਂ ਇਹਨਾਂ ਦਾ ਪਾਣੀ ਦਾ ਪੱਧਰ ਲਗਾਤਾਰ ਵਾਧਾ ਦਿਖਾਈ ਦੇ ਰਿਹਾ ਤੇ ਜਿੱਥੇ ਪਾੜ ਪਾਏ ਹੋਏ ਸੀਗੇ ਖਾਸ ਕਰ ਜੇਕਰ ਗਿੱਦੜਪਿੰਡੀ ਦੇ ਇਲਾਕੇ ਦੀ ਗੱਲ ਕੀਤੀ ਜਾਵੇ ਤਾਂ ਪਿੰਡ ਮਡਾਲਾ ਦੇ ਵਿੱਚ ਪਾੜ ਪਾਇਆ ਜਾਂਦਾ ਹਾਲਕਿ ਉਥੇ ਸੰਤ ਬਾਬਾ ਬਲਬੀਰ ਸਿੰਘ ਸਿੱਚੇਵਾਲ ਜੋ ਰਾਜ ਸਭਾ ਮੈਂਬਰ ਵੀ ਨੇ ਤਾਂ ਉਹਨਾਂ ਦੇ ਉਦਮ ਸਦਕਾ ਜਿਹੜਾ ਉਹ ਪਾੜ ਨੂੰ ਪੂਰ ਲਿਆ ਜਾਂਦਾ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਆਸ-ਪਾਸ ਜਿਹੜੇ ਪਾੜ ਪਏ ਹੋਏ ਨੇ ਤਾਂ ਉਸ ਨੂੰ ਵੀ ਪੂਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਤੇ ਜਿੱਥੇ ਇੱਕ ਪਾਸੇ ਜੋ ਗਿੱਦੜ ਪਿੰਡੀ ਲੋਹਗੀਆਂ ਵਾਲੀ ਸਾਈਡ ਇੱਥੇ ਪਾੜ ਪਿਆ ਹੋਇਆ ਸੀਗਾ ਤਾਂ ਉੱਥੇ ਜੇਕਰ ਬਾਰਡਰ ਏਰੀਆ ਦੀ ਗੱਲ ਕਰ ਲਈ ਜਾਵੇ ਤਾਂ ਬਾਰਡਰ ਏਰੀਆ ਦੇ ਵਿੱਚ ਗੱਟੀ ਰਾਜੂਕਾ ਦੇ ਵਿੱਚ ਪਾੜ ਪਿਆ ਉਸ ਦੇ ਕਾਰਨ ਲੋਕਾਂ ਨੂੰ ਕਾਫੀ ਨੁਕਸਾਨ ਚੜਨਾ ਪਿਆ ਲੋਕਾਂ ਦੀਆਂ ਫਸਲਾਂ ਉਹ ਤਬਾਹ ਹੋ ਗਈਆਂ ਨੇ ਇਸ ਤੋਂ ਇਲਾਵਾ ਪਸ਼ੂ ਜਿਹੜੇ ਉਹਨਾਂ ਦੇ ਰੁੜ ਗਏ ਨੇ ਤਾਂ ਸਭ ਤੋਂ ਵੱਡੀ ਜਿਹੜੀ ਮਾਰ ਜਿਹੜੀ ਹੁਣ ਮਾਲਵੇ ਸਾਈਡ ਜਿਹੜੀ ਉਹ ਪੈਂਦੀ ਦਿਖਾਈ ਦੇ ਰਹੀ ਆ ਕਿਉਂਕਿ ਖੱਗਰ ਦਾ ਬੰਨ ਟੁੱਟਿਆ ਜਿਸ ਨੇ ਸੰਗਰੂਰ ਦੇ ਪਿੰਡ ਜਿਸ ਤਰ੍ਹਾਂ ਮੂਣਕ ਸਾਈਡ ਦੀ ਗੱਲ ਕੀਤੀ ਜਾਵੇ ਇਸ ਤੋਂ ਇਲਾਵਾ ਖਨੌਰੀ ਉਹਨਾਂ ਪਿੰਡਾਂ ਦੇ ਵਿੱਚ ਬੱਲਰਾ ਪਿੰਡ ਹੈ ਗਿਆ ਅਜਿਹੇ ਕਈ ਪਿੰਡ ਨੇ ਜਿਹੜੇ ਉਸ ਦੀ ਚਪੇਟ ਦੇ ਵਿੱਚ ਆਏ ਨੇ ਪਾਣੀ ਉੱਥੇ ਤਕਰੀਬਨ 3 ਫੁੱਟ ਤੋਂ ਲੈ ਕੇ 5-6 ਫੁੱਟ ਤੱਕ ਇਹਨਾਂ ਪਿੰਡਾਂ ਦੇ ਵਿੱਚ ਪਾਣੀ ਹਜੇ ਵੀ ਖੜਿਆ ਹੋਇਆ ਉਸ ਤੋਂ ਬਾਅਦ ਚਾਦਪੂਰਾ ਦਾ ਜੋ ਮਨ ਉਹ ਟੁੱਟ ਜਾਂਦਾ ਤਾਂ ਇਸ ਦੀ ਮਾਰ ਜਿਹੜੀ ਤਲਵੰਡੀ ਸਾਬੋ ਤੱਕ ਪੈਂਦੀ ਦਿਖਾਈ ਦੇ ਰਹੀ ਆ ਤਾਂ ਤਲਵੰਡੀ ਸਾਬੋ ਦੇ ਵਿੱਚ ਵੀ ਅਲਰਟ ਜਾਰੀ ਕੀਤਾ ਹੋਇਆ ਤਾਂ ਸਰਕਾਰਾਂ ਦੇ ਵੱਲੋਂ ਵੀ ਉਪਰਾਲੇ ਕੀਤੇ ਜਾ ਰਹੇ ਨੇ ਤਾਂ ਐਸਜੀਪੀਸੀ ਦੇ ਵੱਲੋਂ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਨੇ ਤਾਂ ਜੋ ਲੋਕਾਂ ਨੂੰ ਸਹੂਲਤ ਜਿਹੜੀ ਉਹ ਦਿੱਤੀ ਜਾ ਸਕੇ ਉਹਨਾਂ ਦੇ ਤੱਕ ਸਹਾਇਤਾ ਉਹ ਪਹੁੰਚਾਈ ਜਾ ਸਕੇ ਪਰ ਪਾਣੀ ਆ ਉਹ ਰੁਕਣ ਦਾ ਨਾਮ ਨਹੀਂ ਲੈ ਰਿਹਾ ਤਾਂ ਹੁਣ ਤੱਕ ਜਿਵੇਂ ਅਸੀਂ ਮੌਤਾ ਦਾ ਅੰਕੜਾ ਦੱਸ ਰਹੇ ਹਾਂ 32 ਮੌਤਾਂ ਜਿਹੜੀਆਂ ਹੁਣ ਤੱਕ ਇਹਨਾਂ ਹੜ੍ਹਾਂ ਦੇ ਕਾਰਨ ਹੋਈਆਂ ਨੇ ਕਿਉਂਕਿ ਸਮੇਂ-ਸਮੇਂ ਤੇ ਖਬਰਾਂ ਸਾਹਮਣੇ ਆਉਂਦੀਆਂ ਰਹੀਆਂ ਨੇ ਕਿ ਲੋਕ ਜਿਹੜੇ ਕੋਈ ਘਰੋਂ ਗਿਆ ਸੀਗਾ ਉਹ ਘਰ ਵਾਪਸ ਨਹੀਂ ਪਰਤਿਆ ਉਸ ਤੋਂ ਬਾਅਦ ਉਹ ਪਾਣੀ ਦੇ ਵਿੱਚ ਰੁੜ ਗਿਆ ਤਾਂ ਅਜੇ ਇਹਦੇ ਵਿੱਚ 3 ਤੋਂ 4 ਲੋਕ ਹਜੇ ਤੱਕ ਲਾਪਤਾ ਵੀ ਦੱਸੇ ਜਾ ਰਹੇ ਨੇ ਤਾਂ ਅੰਕੜਾ ਜਿਹੜਾ ਪਿੰਡਾਂ ਦੀ ਗੱਲ ਕੀਤੀ ਜਾਵੇ ਤਾਂ ਕਰੀਬ 1414 ਪਿੰਡ ਨੇ ਜਿਹੜੇ ਹੁਣ ਇਸ ਦੀ ਲਪੇਟ ਦੇ ਵਿੱਚ ਆਏ ਨੇ ਤਾਂ ਹਰ ਕੋਈ ਇੱਥੇ ਹੀ ਆਸਾਂ ਅਰਦਾਸਾਂ ਕਰ ਰਿਹਾ ਕਿ ਕਿਵੇਂ ਨਾ ਕਿਵੇਂ ਇਹ ਪਾਣੀ ਸੁੱਕ ਜਾਵੇ ਤਾਂ ਅਜੇਹੇ ਦੇ ਵਿੱਚ ਬੇਸ਼ੱਕ ਪਾਣੀ ਕਿਸੇ ਨਾ ਕਿਸੇ ਥਾਮਾਂ ਤੇ ਘੜਦਾ ਵੀ ਦਿਖਾਈ ਦੇ ਰਿਹਾ ਪਰ ਜੋ ਬਾਰਿਸ਼ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੋਇਆ ਕਿ ਬਾਰਿਸ਼ ਜਿਹੜੀ 19 ਜੁਲਾਈ ਤੱਕ ਪੈ ਸਕਦੀ ਆ ਉਸ ਨੂੰ ਦੇਖਦਿਆਂ ਹੋਇਆ ਜਿਹੜੇ ਹਾਲਾਤ ਨੇ ਉਹ ਹਜੇ ਤੱਕ ਸੁਦਰ ਦੇ ਨਹੀਂ ਦਿਖਾਈ ਦੇ ਰਹੇ ਤਾਂ ਖਤਰਾ ਹਜੇ ਵੀ ਉਸੇ ਤਰ੍ਹਾਂ ਬਣਿਆ ਹੋਇਆ ਜੇਕਰ ਕੱਲ ਦੀ ਗੱਲ ਕੀਤੀ ਜਾਵੇ ਤੇ ਕੱਲ ਪੌਂਗ ਡੈਮ ਦੇ ਵਿੱਚ ਪਾਣੀ ਛੱਡਿਆ ਜਾਂਦਾ ਤਾਂ ਖਬਰਾਂ ਮਿਲ ਰਹੀਆਂ ਨੇ ਕਿ ਅੱਜ ਵੀ ਜਿਹੜਾ ਪੌਂਗ ਡੈਮ ਦੇ ਵਿੱਚ ਪਾਣੀ ਛੱਡਿਆ ਜਾ ਸਕਦਾ ਇਸ ਤਰ੍ਹਾਂ ਦੀਆਂ ਉੱਥੇ ਖਬਰਾਂ ਸਾਹਮਣੇ ਆ ਰਹੀਆਂ ਨੇ ਤਾਂ ਸੁਭਾਵਿਕ ਜੀ ਗੱਲ ਹੈ ਕਿ ਜੇਕਰ ਪਾਣੀ ਛੱਡਿਆ ਜਾਵੇ ਇੱਕ ਤੇ ਬਿਆਸ ਦੇ ਵਿੱਚ ਵੀ ਪਾਣੀ ਦਾ ਪੱਧਰ ਵਧਣਾ ਹੈਗਾ ਤੇ ਜਿੱਥੇ ਇੱਕ ਪਾਸੇ ਘੱਗਰ ਅਤੇ ਸਤਲੁਜ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਤੇ ਉੱਥੇ ਕਿਤੇ ਨਾ ਕਿਤੇ ਬਿਆਸ ਤੋਂ ਵੀ ਕੁਝ ਅਜਿਹੇ ਅਣਖਾਵਾਂ ਵਾਪਰ ਸਕਦਾ ਕਿਉਂਕਿ ਪਾਣੀ ਦਾ ਜਿਹੜਾ ਕੰਟਰੋਲ ਉਹ ਹਜੇ ਤੱਕ ਨਹੀਂ ਹੁੰਦਾ ਦਿਖਾਈ ਦੇ ਰਿਹਾ ਤੇ ਇਹ ਤਸਵੀਰਾਂ ਵੀ ਤੁਸੀਂ ਵੇਖ ਰਹੇ ਹੋ ਕਿ ਮਾਨਸਾ ਦੇ ਪਿੰਡਾਂ ਦੀਆਂ ਇਹ ਤਸਵੀਰਾਂ ਨੇ ਜਿੱਥੇ ਲੋਕ ਲੱਗੇ ਹੋਏ ਨੇ ਉਹਨਾਂ ਦੇ ਵੱਲੋਂ ਹਰ ਇੱਕ ਉਦਮ ਕੀਤਾ ਜਾ ਰਿਹਾ ਕਿ ਪਾਣੀ ਪਿੰਡ ਤੱਕ ਨਾ ਪਹੁੰਚੇ ਬੇਸ਼ੱਕ ਫਸਲਾਂ ਬਿਲਕੁਲ ਬਰਬਾਦ ਹੋ ਚੁੱਕੀਆਂ ਨੇ ਜਿਸ ਪਾਸੇ ਵੀ ਨਜ਼ਰ ਪੈਂਦੀ ਆ ਤੁਹਾਨੂੰ ਹਰ ਪਾਸੇ ਪਾਣੀ ਪਾਣੀ ਉਹ ਨਜ਼ਰ ਆਵੇਗਾ ਇਸ ਤੋਂ ਇਲਾਵਾ ਲੋਕਾਂ ਨੇ ਆਪਣੇ ਘਰਾਂ ਦੇ ਬਾਹਰ ਦੁਕਾਨਾਂ ਦੇ ਬਾਹਰ ਕੰਦਾ ਜਿਹੜੀਆਂ ਉਹ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਨੇ ਕਰੀਬ 5 ਫੁੱਟ 6 ਫੁੱਟ ਜਿਹੜੀਆਂ ਕੰਦਾ ਆਪਣੇ ਦਰਵਾਜ਼ਿਆਂ ਦੇ ਬਾਹਰ ਉਹਨਾਂ ਨੇ ਕੱਢ ਦਿੱਤੀਆਂ ਨੇ ਤਾਂ ਜੋ ਪਾਣੀ ਜਿਹੜਾ ਉਹਨਾਂ ਦੇ ਘਰਾਂ ਦੇ ਵਿੱਚ ਨਾ ਪਹੁੰਚ ਸਕੇ ਉਹਨਾਂ ਦੀਆਂ ਦੁਕਾਨਾਂ ਦੇ ਵਿੱਚ ਨਾ ਪਹੁੰਚ ਸਕੇ ਇਸ ਤਰ੍ਹਾਂ ਦੀਆਂ ਤਸਵੀਰਾਂ ਜੋ ਮਾਨਸਾ ਸਾਈਡ ਜਾਂ ਤਲਵੰਡੀ ਸਾਬੋ ਵਾਲੀ ਸਾਈਡ ਨੇ ਉਸ ਜਗ੍ਹਾ ਤੋਂ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਨੇ ਪਰ ਜੋ ਮੌਤਾਂ ਦਾ ਅੰਕੜਾ ਆਇਆ ਸਾਹਮਣੇ ਉਹ ਕਾਫੀ ਡਰਾਉਣ ਵਾਲਾ ਹੈਗਾ ਹੁਣ ਤੱਕ 32 ਮੌਤਾ ਹੋ ਚੁੱਕੀਆਂ ਨੇ ਤਾਂ ਅਸੀਂ ਵੀ ਇਹੀ ਕਰਨੇ ਆ ਸਾਡੇ ਵੱਲੋਂ ਵੀ ਇਹੀ ਅਪੀਲ ਆ ਜੇਕਰ ਜ਼ਰੂਰਤ ਨਹੀਂ ਹੈ ਤਾਂ ਘਰੋਂ ਬਾਹਰ ਨਾ ਨਿਕਲਿਆ ਜਾਵੇ ਕਿਉਂਕਿ ਬਹੁਤੇ ਲੋਕ ਨੇ ਜਿਹੜੇ ਫੋਟੋਗ੍ਰਾਫੀਜ਼ ਦੇ ਚੱਕਰ ਦੇ ਵਿੱਚ ਬਾਹਰ ਚਲੇ ਜਾਂਦੇ ਨੇ ਅਕਸਰ ਜਦੋਂ ਹੁਣ ਪਟਿਆਲੇ ਦੀ ਗੱਲ ਕਰ ਲਈ ਜਾਵੇ ਤਾਂ ਪਟਿਆਲੇ ਦੇ ਵਿੱਚ ਜਦੋਂ ਸਥਿਤੀ ਕਾਫੀ ਨਾਜ਼ੁਕ ਬਣੀ ਹੋਈ ਸੀਗੀ ਤੇ ਉਹ ਜੇ ਹਾਲਾਤਾਂ ਦੇ ਵਿੱਚ ਵੀ ਬਹੁਤੇ ਲੋਕ ਸਿਰਫ ਇੱਕ ਤਰ੍ਹਾਂ ਪਿਕਨਿਕ ਜਿਹੜਾ ਉਹ ਮਣਾਉਣ ਦੇ ਲਈ ਉੱਥੇ ਤਸਵੀਰਾਂ ਖਿਚਾ ਰਹੇ ਸੀਗੇ ਅਜੇ ਹਾਲਾਤਾਂ ਦੇ ਵਿੱਚ ਇਸ ਤੋਂ ਵੀ ਗੁਰੇਜ਼ ਕਰਨਾ ਚਾਹੀਦਾ ਕਿ ਜਿੱਥੇ ਪਾਣੀ ਹੈ ਗਿਆ ਉੱਥੇ ਪੀੜ ਲੋਕਾਂ ਦੇ ਵੱਲੋਂ ਨਾ ਜਮਾ ਕੀਤੀ ਜਾਵੇ ਕਿਉਂਕਿ ਅਜਿਹੇ ਜਗ੍ਹਾ ਤੇ ਕਿਸੇ ਨੂੰ ਵੀ ਪਤਾ ਲੱਗਦਾ ਕਿ ਕਿਸ ਦਾ ਪੈਰ ਫਿਸਲ ਜਾਵੇ ਤਾਂ ਕੋਈ ਅਣਸਕਾਵੀ ਘਟਨਾ ਵਾਪਰ ਜਾਵੇ ਤਾਂ ਚਾਹੇ ਪਟਿਆਲਾ ਦੀ ਗੱਲ ਕਰ ਲਈ ਜਾਵੇ ਜਾਂ ਸੰਗਰੂਰ ਦੀ ਲੋਕਾਂ ਨੂੰ ਗੁਰੇਜ਼ ਕਰਨਾ ਚਾਹੀਦਾ ਜੇਕਰ ਕਿਸੇ ਨੂੰ ਵੀ ਪਤਾ ਲੱਗਦਾ ਕਿ ਪਾਣੀ ਉਹਨਾਂ ਦੇ ਪਿੰਡ ਦੇ ਕੋਲ ਪਹੁੰਚ ਚੁੱਕਿਆ ਉਹਨਾਂ ਦੇ ਘਰ ਕੋਲ ਪਹੁੰਚ ਚੁੱਕਿਆ ਤਾਂ ਉਸ ਤਰ੍ਹਾਂ ਦੇ ਪ੍ਰਬੰਧ ਵੀ ਲੋਕਾਂ ਨੂੰ ਵੀ ਕਰਨੇ ਚਾਹੀਦੇ ਆ ਜੇਕਰ ਛੱਤਾਂ ਤੇ ਚੜ ਕੇ ਬਚਾਅ ਹੁੰਦਾ ਤੇ ਉਸ ਤਰ੍ਹਾਂ ਬਚਾਅ ਲੋਕਾਂ ਨੂੰ ਜ਼ਰੂਰ ਕਰਨਾ ਚਾਹੀਦਾ ਤਾਂ ਲਗਾਤਾਰ ਜਿਹੜੀ ਬਾਰਿਸ਼ ਹੋਈ ਸੀ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਨੇ ਕਈ ਪਿੰਡ ਰੁੜ ਚੁੱਕੇ ਨੇ ਲੋਕਾਂ ਦੇ ਘਰ ਉਹ ਟਹਿ ਚੁੱਕੇ ਨੇ ਤਾਂ ਅਜਿਹੇ ਹਾਲਾਤਾਂ ਦੇ ਵਿੱਚ ਬਚਾਅ ਜਿਹੜਾ ਲੋਕਾਂ ਦਾ ਵੀ ਖੁਦ ਦਾ ਫਰਜ਼ ਬਣਦਾ ਕਿ ਉਹਨਾਂ ਆਪਣਾ ਖੁਦ ਦਾ ਵਿਚਾਰ ਰੱਖਣ ਅਤੇ ਸਰਕਾਰਾਂ ਦੀ ਜ਼ਿੰਮੇਵਾਰੀ ਵੀ ਕਾਫੀ ਵੱਡੀ ਬਣ ਜਾਂਦੀ ਆ ਕਿ ਜੋ ਐਨਡੀਆਰਫ ਦੀਆਂ ਟੀਮਾਂ ਨੇ ਜੋ ਉਹਨਾਂ ਦੇ ਮੁਲਾਜ਼ਮ ਨੇ ਉਹ ਵੱਧ ਤੋਂ ਵੱਧ ਤਾਇਨਾਤ ਕੀਤੇ ਜਾਣ ਤਾਂ ਜੋ ਅਜਿਹੀ ਸਥਿਤੀ ਤੋਂ ਬਚਿਆ ਜਾ ਸਕੇ